15 अगस्त 1947 ਨੂੰ ਦੇਸ਼ ਆਜ਼ਾਦ ਹੋਇਆ ਸੀਗਾ। ਦੇਸ਼ ਆਜ਼ਾਦ ਹੋਣ ਦੇ ਪਿੱਛੇ ਕਈਆਂ ਨੇ ਕੁਰਬਾਨੀ ਦਿੱਤੀ ਹੈਗੀ ਸੀ। ਕਈ ਸ਼ਹੀਦ ਹੋਏ ਸੀ। ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਜੀ ਹੱਸਦੇ ਹੱਸਦੇ ਫਾਂਦੀ ਦਾ ਫੰਦਾ ਸੁਣਿਆ ਸੀ। ਤਾਂ ਉਹਨਾਂ ਦੇ ਨਾਲ ਹੋਰ ਵੀ ਕਈ ਸ਼ਹੀਦ ਹੈਗੇ ਸੀਗੇ ਜਿਨ੍ਹਾਂ ਨੇ ਦੇਸ਼ ਦੇ ਪਿੱਛੇ ਕੁਰਬਾਨੀ ਦਿੱਤੀ ਹੈਗੀ ਸੀ। ਆਪਣੇ ਆਪਣੇ ਪੱਧਰ ਤੇ ਉੱਪਰ ਉਸ ਵੇਲੇ ਸੰਘਰਸ਼ ਕੀਤਾ ਹੈਗਾ ਸੀਗਾ। ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਸੀਗਾ। ਔਰ ਅੱਜ ਸ਼ਹੀਦਾਂ ਦੇ ਸ਼ਹੀਦੀ ਸਥਲ ਦੇ ਉੱਪਰ ਅਸੀਂ ਖੜੇ ਹੋਏ ਹਾਂ। ਇਹ ਉਹ ਸ਼ਹੀਦੀ ਸਥਲ ਹੈ ਜਿੱਥੋਂ ਦੂਰੋਂ ਦੂਰੋਂ ਲੋਕ ਨਤਮਸਤਕ ਹੋਣ ਦੇ ਲਈ ਆਉਂਦੇ ਆ। ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਾਂ। ਇਹ ਸ਼ਹੀਦੀ ਸਥਲ ਹੈ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਜੀ ਦਾ, ਜਿੱਥੇ ਉਹਨਾਂ ਦੇ ਸਟੈਚੂ ਜਿਹੜੇ ਆ ਉਹ ਲੱਗੇ ਹੋਏ ਆ। ਸ਼ਹੀਦੀ ਜੋਤੀ ਚੱਲਦੀ ਹੈਗੀ ਆ। ਇੱਥੇ ਦੂਰੋਂ ਦੂਰੋਂ ਲੋਕ ਨਤਮਸਤਕ ਹੋਣ ਦੇ ਲਈ ਆਉਂਦੇ ਹੈਗੇ ਆ ਔਰ ਸ਼ਰਧਾ ਦੇ ਫੁੱਲ ਜਿਹੜੇ ਆ ਉਹ ਅਰਪਿਤ ਕਰਦੇ ਹੈਗੇ ਆ। ਉਹ ਇਸ ਕਰਕੇ ਕਰਦੇ ਹੈਗੇ ਆ ਕਿ ਇਹਨਾਂ ਮਹਾਨ ਸ਼ਹੀਦਾਂ ਕਰਕੇ ਹੀ ਜਿਹੜੀ ਆ ਆਜ਼ਾਦੀ ਜਿਹੜੀ ਆ ਉਹ ਮਿਲੀ ਸੀਗੀ। ਹਰ ਉਸ ਸ਼ਹੀਦ ਨੇ ਜੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਆਪਣੀ ਕੁਰਬਾਨੀ ਦਿੱਤੀ ਹੈਗੀ ਸੀਗੀ, ਤਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਅਸੀਂ ਸਲਾਮ ਵੀ ਕਰਦੇ ਹੈਗੇ ਹਾਂ। ਤਾਂ ਇੱਕ ਇਤਿਹਾਸ ਦਾ ਪੰਨਾ ਇਹ ਵੀ ਹੈਗਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਸ ਟਾਈਮ ਦੇ ਉੱਪਰ ਭਾਰਤ ਪਾਕਿਸਤਾਨ ਵੀ ਬਣਿਆ। ਇੱਕ ਮੁਲਕ ਦੋ ਮੁਲਕ ਬਣ ਗਏ। ਤਾਂ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਹ ਉਹ ਬਿਲਡਿੰਗ ਹੈ ਜਿੱਥੋਂ ਸੜਕੀ ਆਵਾਜਾਈ ਵੀ ਚੱਲਦੀ ਸੀਗੀ ਔਰ ਟ੍ਰੇਨ ਵੀ ਚੱਲਦੀ ਹੁੰਦੀ ਸੀਗੀ। ਪਾਕਿਸਤਾਨ ਦੇ ਲਾਹੌਰ ਤੋਂ ਪੰਜਾਬ ਤੱਕ ਜਿਹੜੀ ਇਹ ਟ੍ਰੇਨ ਇੱਥੋਂ ਚੱਲਦੀ ਸੀ। ਲੋਕ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਇਆ ਕਰਦੇ ਹੈਗੇ ਸੀਗੇ ਸੜਕੀ ਆਵਾਜਾਈ ਤੋਂ ਵੀ ਤਾਂ ਟ੍ਰੇਨ ਤੋਂ ਵੀ। ਤਾਂ ਟ੍ਰੇਨ ਦੀ ਬੋਗੀ ਜਿਹੜੀ ਹੈ ਇਹ ਇਸ ਦੇ ਵਿੱਚ ਦੱਸਿਆ ਜਾਂਦਾ, ਇਤਿਹਾਸ ਦੇ ਬਾਰੇ ਦੱਸਿਆ ਜਾਂਦਾ ਹੈਗਾ। ਰੇਲਵੇ ਦੇ ਵੱਲੋਂ ਪ੍ਰਦਰਸ਼ਨੀ ਵੀ ਲਗਾਈ ਗਈ ਹੈ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਦੇ ਉੱਪਰ। ਉੱਥੇ ਵੀ ਜਾ ਕੇ ਦਿਖਾਉਂਦੇ ਹੈਗੇ ਹਾਂ ਕਿ ਉਸ ਵੇਲੇ ਟ੍ਰੇਨ ਜਿਹੜੀ ਸੀਗੀ ਉਹ ਕਿੱਦਾਂ ਚੱਲਦੀ ਹੈਗੀ ਸੀਗੀ, ਕੀ ਸਮਾਨ ਜਿਹੜਾ ਲੈ ਕੇ ਜਾਂਦੀ ਹੈਗੀ ਸੀ, ਉਸ ਸਮੇਂ ਦੀਆਂ ਯਾਦਾਂ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਸੀਗਾ, ਤਾਂ ਉਦੋਂ ਕੀ ਕੁਛ ਹੋਇਆ ਸੀਗਾ ਉਸ ਟਾਈਮ ਦੇ ਉੱਪਰ? ਤਾਂ ਰੇਲਵੇ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਵੱਲੋਂ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਦੇ ਉੱਪਰ ਪ੍ਰਦਰਸ਼ਨੀ ਲਗਾਈ ਗਈ ਹੈ ਜਿਸ ਦੇ ਵਿੱਚ ਦਿਖਾਇਆ ਜਾਊਗਾ। ਪਹਿਲੇ ਤਾਂ ਅੰਮ੍ਰਿਤ ਮਹੋਤਸਵ ਦੇ ਉੱਪਰ ਇੱਥੇ ਜਿਹੜਾ ਪ੍ਰਦਰਸ਼ਨੀ ਲਗਾਈ ਗਈ ਹੈ। ਤੁਸੀਂ ਦੇਖ ਸਕਦੇ ਹੈਗੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜਿਹੜਾ ਟਵੀਟ ਕੀਤਾ ਗਿਆ ਕਿ ਹੈਗਾ ਸੀਗਾ, ਪਹਿਲਾਂ ਤਾਂ ਉਸਦੇ ਬਾਰੇ ਜ਼ਿਕਰ ਕੀਤਾ ਗਿਆ ਕਿ ਦੇਸ਼ ਦੇ ਬਟਵਾਰੇ ਦਾ ਦਰਦ ਕਦੀ ਵੀ ਜਿਹੜਾ ਭੁਲਾਇਆ ਨਹੀਂ ਜਾ ਸਕਦਾ ਹੈਗਾ। ਤਾਂ ਉਸ ਤੋਂ ਬਾਅਦ ਜਿਹੜਾ ਜਿਹੜੀ ਦੇਸ਼ ਦੇ ਵਿੱਚ ਹੋਇਆ ਸੀਗਾ ਉਹ ਤਸਵੀਰਾਂ ਜਿਹੜੀਆਂ ਨੇ ਉਹ ਜ਼ਾਹਿਰ ਕਰਦੀਆਂ ਹੈਗੀਆਂ ਨੇ ਕਿ ਉਸ ਟਾਈਮ ਦੇ ਉੱਪਰ ਕੀ ਕੁਛ ਹੋਇਆ ਸੀਗਾ, ਕਿਹੜੀਆਂ ਮੀਟਿੰਗ ਹੋਈਆਂ ਸੀਗੀਆਂ, ਕੀ ਮੀਟਿੰਗ ਦੇ ਵਿੱਚ ਚੱਲ ਰਿਹਾ ਹੈਗਾ ਸੀਗਾ। ਉਸ ਦੀਆਂ ਤਸਵੀਰਾਂ ਜਿਹੜੀਆਂ ਇਸ ਪ੍ਰਦਰਸ਼ਨੀ ਦੇ ਰੂਪ ਦੇ ਵਿੱਚ ਲਗਾਈਆਂ ਹੋਈਆਂ ਨੇ ਕਿ ਉਦੋਂ ਮੰਜ਼ਰ ਕਿੱਦਾਂ ਦਾ ਹੈਗਾ ਸੀਗਾ, ਉਦੋਂ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ ਸੀਗਾ। ਤਾਂ ਪਾਰਟੀਸ਼ਨ ਬਾਉਂਡਰੀ ਸਿੰਧ ਦੀ ਪੰਜਾਬ ਕੀ ਜਦੋਂ ਪਾਰਟੀਸ਼ਨ ਕੀਤੀ ਗਈ ਸੀਗੀ ਉਸ ਵੇਲੇ ਦੀਆਂ ਜਿਹੜੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਉਸ ਟਾਈਮ ਦੇ ਉੱਪਰ ਘਰ ਜਿਹੜਾ ਉਹ ਡਰ ਗਏ ਸੀਗੇ ਕੀ ਕੁਛ ਜਿਹੜਾ ਉਸ ਕੇ ਹੋਇਆ ਸੀਗਾ। ਇਹ ਉਹ ਤਸਵੀਰਾਂ ਜਿਹੜੀਆਂ ਨੇ ਰੇਲਵੇ ਵੱਲੋਂ ਲਗਾਈਆਂ ਗਈਆਂ ਹੈਗੀਆਂ ਨੇ ਤਸਵੀਰਾਂ, ਜਦੋਂ ਤੁਸੀਂ ਦੇਖ ਸਕਦੇ ਹੈਗੇ ਹੋ ਪਟਰੀਆਂ ਦੇ ਉੱਤੇ ਕਿੱਦਾਂ ਸੱਟੇ ਗਏ ਹੋਏ ਸੀਗੇ ਲੋਕ। ਇਹ ਪ੍ਰਦਰਸ਼ਨੀ ਜਿਹੜੀ ਹੈ ਉਹ ਲਗਾਈ ਗਈ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਸ ਟਾਈਮ ਦੇ ਉੱਪਰ ਗੱਡੀਆਂ ਦੇ ਵਿੱਚ ਭਰ ਭਰ ਕੇ ਜਦੋਂ ਇੱਧਰਲੇ ਪਾਸੇ ਆਉਂਦੇ ਹੈਗੇ ਸੀਗੇ ਉਸ ਟਾਈਮ ਦੀਆਂ ਜਿਹੜੀਆਂ ਤਸਵੀਰਾਂ ਨੇ ਜਦੋਂ ਪਾਕਿਸਤਾਨ ਵੱਲ ਤੋਂ ਭਾਰਤ ਵੱਲ ਆ ਰਹੇ ਹੈਗੇ ਸੀਗੇ ਜਦੋਂ ਬਟਵਾਰੇ ਹੋ ਚੁੱਕਾ ਸੀਗਾ ਤਾਂ ਉਦੋਂ ਦੀਆਂ ਤਸਵੀਰਾਂ ਜਿਹੜੀਆਂ ਨੇ ਭਾਰਤ ਸਰਕਾਰ ਦੇ ਵੱਲੋਂ ਇਹ ਪ੍ਰਦਰਸ਼ਨੀ ਜਿਹੜੀ ਹੈ ਉਹ ਲਗਾਈ ਗਈ ਹੈਗੀ ਹੈ। ਬੈਲ ਦੇ ਉੱਪਰ ਜਿਹੜਾ ਆਉਂਦੇ ਹੈਗੇ ਸੀਗੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ। ਉਸ ਟਾਈਮ ਦੇ ਉੱਪਰ ਇਕੱਠੇ ਜਿਹੜਾ ਲੋਕ ਭੱਜੇ ਸੀ ਬਿਖਰ ਗਏ ਸੀਗੇ, ਪਰਿਵਾਰ ਹੀ ਬਿਖਰ ਗਏ ਸੀਗੇ, ਇਹੋ ਜਿਹਾ ਮੰਜ਼ਰ ਹੋਇਆ ਸੀਗਾ। 15 ਅਗਸਤ 1947 ਤੋਂ ਪਹਿਲਾਂ ਜਿਹੜਾ ਵੱਖ ਹੋ ਗਏ ਦੇਸ਼, ਮੁਲਕ ਵੱਖਰਾ ਬਣ ਗਿਆ ਪਾਕਿਸਤਾਨ। ਤਾਂ ਜਿਹੜੇ ਪਾਕਿਸਤਾਨ ਦੇ ਵਿੱਚ ਲੋਕ ਰਹਿੰਦੇ ਸੀਗੇ ਉਹ ਭਾਰਤ ਦੇ ਵੱਲ ਆਉਣੇ ਸ਼ੁਰੂ ਹੋਏ, ਤਾਂ ਭਾਰਤ ਤੋਂ ਵੀ ਕਈ ਪਾਕਿਸਤਾਨ ਵੱਲ ਗਏ।
ਤਾਂ ਉਸ ਵੇਲੇ ਕੀ ਮੰਜ਼ਰ ਸੀਗਾ, ਉਸ ਵੇਲੇ ਕੀ ਹਾਲਾਤ ਸੀਗਾ, ਤਾਂ ਤੁਸੀਂ ਦੇਖ ਸਕਦੇ ਹੋ ਕਿ ਰੇਲਵੇ ਨੇ ਉਸ ਟਾਈਮ 'ਤੇ ਕਿੱਦਾਂ ਇਹ ਸਾਰਾ ਕੁਛ ਕੀਤਾ, ਕਿੱਦਾਂ ਉੱਥੋਂ ਜਿਹੜੀਆਂ ਸਵਾਰੀਆਂ ਜਿਹੜੀਆਂ ਲੋਕਾਂ ਨੂੰ ਲੈ ਕੇ ਆਏ, ਕਿੱਦਾਂ ਤੁਸੀਂ ਦੇਖ ਸਕਦੇ ਹੈਗੇ ਉਸ ਟਾਈਮ ਦੇ ਹਾਲਾਤ ਇਹ ਤਸਵੀਰਾਂ ਬਿਆਨ ਕਰਦੀਆਂ ਹੈਗੀਆਂ ਨੇ। ਇਹ ਤਸਵੀਰਾਂ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਦੇ ਉੱਪਰ ਪ੍ਰਦਰਸ਼ਨੀ ਲਗਾਈ ਗਈ ਹੈ ਔਰ ਉੱਥੇ ਇਸ ਦੇ ਬਾਰੇ ਦੱਸਿਆ ਗਿਆ ਹੈਗਾ। ਸ਼ਰਨ ਕੈਂਪ ਜਿਹੜੇ ਕੈਂਪ ਲਗਾਏ ਗਏ ਸੀਗੇ ਇਹ ਤਸਵੀਰ ਜਿਹੜੀ ਹੈ ਉਹ ਬਿਆਨ ਕਰਦੀ ਹੈਗੀ ਹੈ, ਤਾਂ ਇਸ ਦੇ ਬਾਰੇ ਜਿਹੜੀ ਜਾਣਕਾਰੀ ਵੀ ਹੈ ਉਹ ਸਾਰੀ ਦਿੱਤੀ ਗਈ ਹੈਗੀ ਹੈ। ਉਸ ਟਾਈਮ 'ਤੇ ਕਿੱਦਾਂ ਦਾ ਮੰਜ਼ਰ ਹੁੰਦਾ ਸੀ ਇਹ ਤਸਵੀਰਾਂ ਦੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਜਿੱਥੇ ਇੱਕ ਪਾਸੇ ਦੇਸ਼ ਬਣਿਆ, 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ ਸੀਗਾ, ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ, ਪਰ ਦੂਜੇ ਪਾਸੇ ਲੋਕ ਬਟਵਾਰੇ ਦੇ ਕਰਕੇ ਕਾਫੀ ਪਰੇਸ਼ਾਨ ਹੈਗੇ ਸੀਗੇ। ਇੱਥੇ ਲੋਕ ਮੌਜੂਦ ਹੈ, ਕੀ ਨਾਮ ਹੈ ਜੀ ਤੁਹਾਡਾ? ਰਮੇਸ਼। ਰਮੇਸ਼ ਜੀ, ਪ੍ਰਦਰਸ਼ਨੀ ਲੱਗੀ ਹੋਈ ਹੈ, ਇਹ ਤਸਵੀਰਾਂ ਕੀ ਬਿਆਨ ਕਰਦੀਆਂ? ਇਹ ਉਦੋਂ ਬਿਆਨ ਕਰਦੀਆਂ ਜੀ ਜਦੋਂ ਆਪਾਂ 15 ਅਗਸਤ ਆਜ਼ਾਦ ਦੇਸ਼ ਹੋਇਆ, ਅੱਡਾ ਇੰਡੀਆ 'ਚ ਰਹਿ ਗਿਆ, ਅੱਡਾ ਪਾਕਿਸਤਾਨ 'ਚ ਆ ਗਿਆ। ਇਹ ਉਸ ਵਕਤ ਦਾ ਸਮਾਂ ਹੈ ਜੀ ਜਦੋਂ ਹਾਲਾਤ ਬੁਰੇ ਸੀ, ਜਦੋਂ ਬਟਵਾਰਾ ਬਟਵਾਰਾ ਹੋਇਆ। ਹਾਂਜੀ ਹਾਂਜੀ। ਇੱਕ ਪਾਸੇ ਜਦੋਂ ਦੇਸ਼ ਆਜ਼ਾਦ ਹੋਇਆ, ਦੇਸ਼ ਆਜ਼ਾਦ ਹੋਣ ਦੀ ਖੁਸ਼ੀ ਸਾਰੇ ਮੁਲਕ ਨੂੰ ਸੀਗੀ। ਹਾਂਜੀ ਹਾਂਜੀ। ਪਰ ਦੂਜੇ ਪਾਸੇ ਜਦੋਂ ਬਟਵਾਇਆ ਹੋ ਰਿਹਾ ਔਰ ਉਹ ਲੋਕ ਪਰੇਸ਼ਾਨ ਹੋ ਗਏ, ਪੰਜਾਬ ਦੇ ਲੋਕ ਜਾਂ ਪੰਜਾਬ ਦੇ ਲੋਕ ਪਰੇਸ਼ਾਨ ਹੋਏ, ਹੋਰ ਵੀ ਜਿੱਧਰ ਸੀ ਜਿੱਥੋਂ ਦੇ ਵੀ ਲੋਕ, ਅੰਮ੍ਰਿਤਸਰ, ਪੰਜਾਬ, ਫਿਰੋਜ਼ਪੁਰ ਦੇ ਲੋਕ ਜਿੰਨੇ ਵੀ ਸੀ ਇਸ ਬਾਰਡਰ ਥਾਣੀ ਆਏ। ਇਹ ਸਾਰੀਆਂ ਤਸਵੀਰਾਂ ਕੀ ਬਿਆਨ ਕਰਦੀਆਂ? ਇਹ ਬਿਆਨ ਉਦੋਂ ਜਦੋਂ ਕਤਲੇਆਮ ਹੋਈ, ਕੁਛ ਜਦੋਂ ਦੇਸ਼ ਦਾ ਬਟਵਾਰਾ ਹੋਇਆ, ਕਾਫੀ ਪਰਿਵਾਰ ਉੱਜੜ ਗਏ, ਬਹੁਤ ਸਮੇਂ ਉੱਜੜੇ, ਬਹੁਤ ਸਮੇਂ ਤੱਕ। ਜਿਹੜਾ ਇੱਥੇ ਰੇਲਵੇ ਸਟੇਸ਼ਨ ਸੀਗਾ, ਉਸ ਰੇਲਵੇ ਸਟੇਸ਼ਨ ਤੋਂ ਵੀ ਗੱਡੀ ਅਤੇ ਆਵਾਜਾਈ ਚੱਲਦੀ ਸੀਗੀ ਪਾਕਿਸਤਾਨ ਦੀ? ਪਾਕਿਸਤਾਨ ਤੋਂ ਗੱਡੀ ਲਾਹੌਰ ਤੋਂ ਇੱਥੇ ਆਉਂਦੀ ਸੀ, ਪੰਜਾਬ ਮੇਲ ਸੀ ਜਿਹੜੀ ਇਹ ਸਿੱਧੀ ਇੱਥੇ ਆ, ਲਾਹੌਰ ਤੋਂ ਚੱਲਦੀ ਸੀ ਔਰ ਇੱਥੇ ਫਿਰੋਜ਼ਪੁਰ ਤੋਂ ਆਉਂਦੀ, ਇੱਥੇ ਆਉਂਦੀ। ਹਾਂਜੀ। ਤਾਂ ਰੇਲਵੇ ਨੇ ਆਪਣੇ ਇਤਿਹਾਸ ਦੀ ਪ੍ਰਦਰਸ਼ਨੀ ਲਗਾਈ ਹੈ? ਹਾਂਜੀ ਹਾਂਜੀ। ਤਾਂ ਰੇਲਵੇ ਨੇ ਇਤਿਹਾਸ ਦੀ ਪ੍ਰਦਰਸ਼ਨੀ ਲਗਾਈ ਹੈਗੀ ਹੈ ਕਿ ਜਿਹੜੀਆਂ ਤਸਵੀਰਾਂ ਨੇ ਉਹ ਬਿਆਨ ਕਰਦੀਆਂ ਹੈਗੀਆਂ ਨੇ ਕਿ ਉਸ ਵੇਲੇ ਕੀ ਕੁਛ ਹੋਇਆ ਸੀਗਾ, ਉਸ ਟਾਈਮ ਦੇ ਉੱਪਰ ਕੀ ਹੋਇਆ ਸੀਗਾ। ਇਹ ਤਸਵੀਰਾਂ ਉਹ ਬਿਆਨ ਕਰਦੀਆਂ ਹੈਗੀਆਂ ਨੇ ਜਦੋਂ ਬਟਵਾਰਾ ਹੋਇਆ, ਬਟਵਾਰੇ ਦੇ ਵੇਲੇ ਜਦੋਂ ਲੋਕ ਆਪਣੇ ਘਰਾਂ ਤੋਂ ਵਿਛੜ ਗਏ, ਘਰ ਛੱਡ ਕੇ ਆਉਣਾ ਪੈ ਗਿਆ ਜਾਂ ਘਰ ਛੱਡ ਕੇ ਦੂਸਰੇ ਪਾਸੇ ਜਾਣਾ ਪੈ ਗਿਆ, ਤਾਂ ਉਦੋਂ ਦੇ ਹਾਲਾਤ ਕੀ ਸੀਗੇ, ਰੇਲਵੇ ਨੇ ਕਿੱਦਾਂ ਉਹਨਾਂ ਲੋਕਾਂ ਨੂੰ ਉੱਥੋਂ ਲੈ ਕੇ ਆਏ, ਕਿੱਦਾਂ ਉਹਨਾਂ ਨੂੰ ਟ੍ਰੇਨਾਂ ਦੇ ਵਿੱਚ ਲੈ ਕੇ ਦੂਸਰੀ ਥਾਂ ਦੇ ਉੱਪਰ ਗਏ, ਤਾਂ ਇਹ ਸਾਰੀਆਂ ਚੀਜ਼ਾਂ ਇਸ ਪ੍ਰਦਰਸ਼ਨੀ ਦੇ ਵਿੱਚ ਬਿਆਨ ਕਰਦੀਆਂ ਹੈਗੀਆਂ ਨੇ। ਕੈਮਰਾ ਪਰਸਨ ਉਹੀ ਦੇ ਨਾਲ ਸਨੀ ਚੋਪੜਾ, ਜਗਬਾਣੀ TV ਫਿਰੋਜ਼ਪੁਰ। ਤੁਸੀਂ ਬਈ ਬੜੀ ਗਰਮੀ ਅੱਜ, ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ। ਉਹ ਪਾਣੀ ਵੀ ਪੀ ਲੈਨੇ ਆ, ਉਹ ਪਹਿਲਾਂ ਸਾਨੂੰ ਕੂਲਰ ਦੀ ਠੰਡੀ ਹਵਾ ਤੇ ਲੈ ਲੈਂਦੇ। ਹਲੋ, ਪਾਣੀ ਪੀਓ। ਉਹ ਬਈ ਸ਼ੁਕਰ ਆ ਸਾਨੂੰ ਵੀ ਗਰੀਬਾਂ ਨੂੰ ਕਿਤੇ ਕੂਲਰ ਦੀ ਠੰਡੀ ਹਵਾ ਨਸੀਬ ਹੋਈ। ਸਹੀ ਗੱਲ ਆ, ਪਹਿਲਾਂ ਤਾਂ ਬਿੱਲ ਦੇ ਡਰ ਕਰਕੇ ਸਾਰਾ ਸਾਰਾ ਦਿਨ ਕੂਲਰ ਨਹੀਂ ਚਲਾਉਂਦੇ ਸੀ, ਆਪ ਵੀ ਗਰਮੀ 'ਚ ਮਰਦੇ ਸੀ, ਬੱਚਿਆਂ ਨੂੰ ਵੀ ਗਰਮੀ 'ਚ ਮਾਰਦੇ ਸੀ। 2 ਮਹੀਨਿਆਂ ਦੀ 600 ਯੂਨਿਟ ਤੇ 0 ਬਿਜਲੀ ਦਾ ਬਿੱਲ। ਸਹੀ ਮਾਇਨੇ 'ਚ ਇਹ ਹੈ ਆਮ ਲੋਕਾਂ ਦੀ ਸਰਕਾਰ। ਸ਼ੁਕਰ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ। ਪੰਜਾਬੀਓ, 1 ਜੁਲਾਈ 2022 ਦਾ ਦਿਨ ਪੰਜਾਬ ਦੇ ਇਤਿਹਾਸ 'ਚ ਹਮੇਸ਼ਾ ਯਾਦ ਰੱਖਿਆ ਜਾਊ, ਕਿਉਂਕਿ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫਰੀ ਕਰਨ ਦਾ ਫੈਸਲਾ ਲਿਆ ਸੀ। 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਕਿ 1 ਸਾਲ ਨਿਰਵਿਘਨ ਪੂਰਾ ਹੋ ਗਿਆ। ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ